ਕਰੀਬ 3 ਸਾਲ ਪਹਿਲਾਂ ਹੋਈ ਗੁਰੂਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ 11 ਦਿਨਾਂ ਤੋਂ ਰੋਸ ਮਾਰਚ ਉਤੇ ਬੈਠੇ ਜਥੇਦਾਰ ਧਿਆਨ ਸਿੰਘ ਮੰਡ ਦੀਆਂ ਮੰਗਾਂ ਉਤੇ ਅਮਲ ਕਰਦਿਆਂ ਕੈਪਟਨ ਸਰਕਾਰ ਹਰਕਤ ਦੇ ਵਿੱਚ ਆ ਚੁੱਕੀ ਹੈ ਸੂਤਰਾਂ ਦੇ ਆਧਾਰ ਉਤੇ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਨੇ ਡੇਰਾ ਸਿਸਾ ਦੇ ਕਰੀਬ 18 ਪ੍ਰੇਮੀਆ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਵਿੱਚੋਂ ਇੱਕ ਡਗੋ ਰਮਾਣਾ ਦੇ ਇੱਕ ਲੜਕੇ ਨੂੰ ਵੀ ਕਾਬੂ ਕੀਤਾ ਹੈ ਅਤੇ ਪਰਿਵਾਰ ਮੁਤਾਬਕ ਉਹਨਾਂ ਦੇ ਘਰ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਗਈ ਸੀ ਪਰ ਉਹਨਾਂ ਦੇ ਘਰ ਦੀ ਚੈਕਿੰਗ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ ਫੜੇ ਗਏ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਪਿਤਾ ਬਸੰਤ ਸਿੰਘ ਅਤੇ ਮਾਤਾ ਗੁਰਚਰਨ ਕੌਰ ਨੇ ਕਿਹਾ ਹੈ ਕਿ ਸਾਡੇ ਲੜਕੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਅਤੇ ਅਸੀਂ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਲੜਕੇ ਨੂੰ ਸਰਕਾਰ ਤੋਂ ਡਰਦੇ ਹਾਂ ਆਪ ਪੇਸ਼ ਕੀਤਾ ਸੀ ਸਾਨੂੰ ਤਕਰੀਬਨ ਡੇਰੇ ਨਾਲ ਜੁੜਿਆ ਨੂੰ ਵੀ 25 ਸਾਲ ਹੋ ਗਏ ਹੈ ਜਿਹੜਾ ਵੀ ਹੁਣ ਕਰੀ ਜਾਂਦੇ ਆ ਸਰਕਾਰਾਂ ਉਹ ਸਾਡੇ ਨਾਲ ਧੱਕਾ ਹੀ ਹੋ ਰਿਹਾ ਹੈ ਕੀ ਪਤਾ ਨਹੀਂ ਵੀ ਸਾਡੇ ਨਾਲ ਕਿਉਂ ਕਰ ਰਹੇ ਹੈ ਅੱਜ ਅੱਜ ਦੇ ਟਾਈਮ ਦੇ ਵਿੱਚ ਪ੍ਰੇਮੀਆਂ ਦੀ ਕੋਈ ਸੁਣਵਾਈ ਨਹੀਂ ਕਿਤੇ ਕੋਈ ਫਰਿਆਦ ਨਹੀਂ ਗਈ ਕਿਸੇ ਕੋਲੇ ਜਾਂਦੇ ਰੋ ਕੋਈ ਸੁਣਨ ਨੂੰ ਤਿਆਰ ਨਹੀਂ ਸਾਡੇ ਨਾਲ ਧੱਕਾ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਨਾਲ ਧੱਕਾ ਹੋਇਆ ਵੀ ਨਜਾਇਜ਼ ਸਾਡੇ ਬੱਚਿਆਂ ਨੂੰ ਫੜ ਕੇ ਕਹਿੰਦੇ ਆ ਵੀ ਤੁਸੀਂ ਗਰਾਂਡਸਾਪ ਦੇ ਪੰਨੇ ਖਿਲਾ ਰਹੇ ਆ ਪਾੜੇ ਆ ਪਰ ਸਾਡੇ ਬੱਚਿਆਂ ਨੂੰ ਪਤਾ ਤੱਕ ਵੀ ਨਹੀਂਗਾ ਜਿਹੜਾ ਕੁੱਟੀ ਜਾਂਦੇ ਆ ਛਿੱਲਾ ਉਹਨਾਂ ਦੀ ਪੱਟੀ ਜਾਂਦੇ ਜਦੋਂ ਇਹਨਾਂ ਨੂੰ ਕੁੱਟਮਾਰ ਹੁੰਦੀ ਆ ਉਦੋਂ ਬੱਚੇ ਕੁੱਟ ਦੇ ਡਰਦੇ ਕਿਆ ਦੰਦੇ ਜੀ ਹਾਂ ਜੀ ਅਸੀਂ ਕੀਤਾ ਜੀ ਪਰ ਇਹਨਾਂ ਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਰਾਤ ਤਲਾਸ਼ੀ ਲੈ ਕੇ ਗਏ ਆ ਇੱਕ ਡੀਜੀਪੀ ਸੀਗਾ ਪਤਨ ਡਜੀਆਈ ਸੀਗਾ ਪਤਨੀ ਮੈਨੂੰ ਪੂਰਾ ਜਾਣਕਾਰੀ ਨਹੀਂ ਕਿ ਅਣਪੜ ਬੰਦਾ ਮੈਂ ਉਹਨੇ ਨੇ ਅੰਦਰੋਂ ਆਪ ਤਲਾਸ਼ੀ ਕੀਤੀ ਆ ਇੱਕ ਸੂਈ ਜਿੰਨੀ ਵੀ ਚੀਜ਼ ਕੋਈ ਗਲਤ ਉਹਨਾਂ ਨੂੰ ਆਪਣੇ ਕੋਲੋਂ ਨਹੀਂ ਮਿਲੀ ਤੁਹਾਡੇ ਕ੍ਰਿਪਲਸ ਕਦੋਂ ਆਈ ਹੈ ਕਿੰਨੇ ਦਿਨ ਪਹਿਲਾਂ ਪਤਾ ਲੱਗਿਆ ਪੁਲਿਸ ਨੂੰ ਕਦੋਂ ਆਈ ਹੈ ਤੁਹਾਡੇ ਘਰੇ ਪੁਲਿਸ ਸਾਡੇ ਕੋਲੇ ਪਰਸੋਂ ਪੁਲਿਸ ਆਈ ਸੀਗੀ ਤਕਰੀਬਨ 9:30 ਵੀ ਹੋ ਸਕਦੇ 10 ਵੀ ਹੋ ਸਕਦੇ ਆ ਪਰ ਟਾਈਮ ਇੱਥੇ ਜੇ ਸੀਗਾ ਜਦੋਂ ਆਈ ਆ ਪੁਲਿਸ ਸਾਨੂੰ ਅੱਧਾ ਕਿ ਘੰਟਾ ਘੰਟਾ ਕੁ ਪਹਿਲਾਂ ਪਤਾ ਲੱਗਾ ਵੀ ਕੋੜ ਕਪੂਰੇ ਤੋਂ ਬੰਦੇ ਚੱਕੇ ਗਏ ਪ੍ਰੇਮੀ ਸਾਡਾ ਮੁੰਡਾ ਉਹ ਉਸ ਜਿਹੜੇ ਕਮੇਟੀ ਬਣੀ ਹੋਈ ਸੀ 15 ਮੈਂਬਰ ਕਮੇਟੀ ਉਹਦੇ ਨਾਲ ਅਟੈਚ ਸੀਗੇ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਾਡੇ ਤੇ ਵੀ ਕੋਈ ਇਹ ਹੋ ਸਕਦਾ ਅਸੀਂ ਥੋੜਾ ਘਰੋਂ ਬਾਹਰ ਹੋ ਗਏ ਆ ਪੁਲਿਸ ਨੇ ਆ ਕੇ ਸਾਡਾ ਕੰਧਾਂ ਟੱਪ ਕੇ ਗੇਟ ਖੋਲ੍ਹਿਆ ਅੰਦਰਲੇ ਪਾਸੇ ਬਾਰੀ ਨੂੰ ਜਿੰਦਰਾ ਲੱਗਾ ਸੀ ਅੰਦਰਲੇ ਪਾਸੇ ਕੋਈ ਜਿੰਦਰਾ ਨਹੀਂ ਸੀਗਾ ਉਹ ਇੱਥੇ ਟਾਰਚਾਂ ਵੀ ਮਾਰੀਆਂ ਪਸ਼ੂ ਵੀ ਸਾਡੇ ਡਰਦੇ ਡੁਰਦੇ ਰਹੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਕੋਈ 4 ਘੰਟੇ ਵੀ ਹੋ ਸਕਦੇ ਆ ਦੱਸਦੇ ਆਪ ਨੂੰ ਤਾਂ ਨਹੀਂ ਪਤਾ ਜਦੋਂ ਅਸੀਂ ਮੌਕੇ ਤੇ ਹੈ ਨਹੀਂ ਸੀ ਦੱਸਣਾ ਦਾ 2:30 ਵਜੇ 3:00 ਵਜੇ ਤਕਰੀਬਨ ਇਹ ਟਰੈਕਟਰ ਮੇਰਾ ਤੇ ਇੱਕ ਕਾਰ ਇਹ ਦੋ ਚੀਜ਼ਾਂ ਪੁਲਿਸ ਵਾਲੇ ਲੈ ਗਈ ਸੀ ਪੁਲਸ ਨੇ ਰੇਡ ਬੇਟਾ ਵੀ ਸਾਨੂੰ ਤਾਂ ਹੁਣ ਪਤਾ ਹੀ ਨਹੀਂ ਸੀ ਇਸ ਗੱਲ ਦਾ ਵੀ ਇਹ ਕਿਉਂ ਆਏ ਆ ਸਾਨੂੰ ਤਾਂ ਕੱਲ ਜਦੋਂ ਇੱਥੇ ਤਲਾਸ਼ੀ ਲੈਣ ਆਏ ਉਦੋਂ ਉਹਨਾਂ ਨੇ ਦੱਸਿਆ ਉਹ ਵੀ ਵੀ ਤੁਹਾਡੇ ਅਸੀਂ ਘਰੇ ਤਲਾਸ਼ੀ ਲੈਣੀ ਹੈ ਤੇ ਵੀ ਕੁਝ ਕਾਗਜ਼ ਆ ਤੁਹਾਡੇ ਘਰੇ ਅਸੀਂ ਆਖੇ ਵੀ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਕਾਗਜ਼ ਸਾਡੇ ਤਾਂ ਵੀ ਮਾੜੇ-ਮੋٹے ਤਾਂ ਘਰਾਂ 'ਚ ਜਿਹੜੇ ਬੱਚਿਆਂ ਦੇ ਸਰਟੀਫਿਕੇਟ ਆ ਕੋਈ ਹੋਰ ਆ ਉਹ ਤਾਂ ਪਈ ਹੀ ਹੈ ਹੀਰੋ ਨੇ ਨੇ ਦੱਸਿਆ ਵੀ ਦੀ ਪੰਨਿਆਂ ਦਾ ਛੱਕਾ ਸਾਨੂੰ ਤੇ ਅਸੀਂ ਸਾਰਾ ਸਮਾਨ ਉਥੇ ਬਾਹਰ ਕਢਤਾ ਉਹਨਾਂ ਨੇ ਆਪ ਹੀ ਕੱਢਿਆ ਅਸੀਂ ਆਖਿਆ ਭਾਈ ਸਾਰਾ ਘਰ ਪਿਆ ਜਿੱਥੇ ਮਰਜੀ ਵੇਖ ਲਓ ਵੀ ਜੇ ਤੁਹਾਨੂੰ ਛੱਕਾ ਦਾ ਦੇਖ ਲਓ ਉਹਨਾਂ ਨੇ ਝਾਕ ਕਰਿਆ ਛੱਕ ਵੇਖਿਆ ਉਹਨਾਂ ਨੇ ਵੇਖ ਕੇ ਤੇ ਉਹ ਅੰਦਰ ਵੀ ਕੁਛ ਨਹੀਂ ਗਾ ਇਲਜ਼ਾਮ ਤਾਂ ਉਹਨਾਂ ਨੇ ਹੀ ਲਾਇਆ ਗ੍ਰੰਥ ਸਾਹਿਬ ਦਾ ਵੀ ਗ੍ਰੰਥ ਸਾਹਿਬ ਦੇ ਪੰਨੇ ਚ ਪਾੜੇ ਤੇ ਜੀਰੋ ਹੁਣ ਸਾਨੂੰ ਪਤਾ ਵੀ ਅਸੀਂ ਇੰਨਾ ਸਤਕਾਰ ਕਰਦੇ ਆਂ ਤੇ ਕਿਵੇਂ ਅਸੀਂ ਪੰਨੇ ਪਾੜਾਂਗੇ ਤੁਹਾਡੇ ਦੇ ਬੇਟੇ ਦੇ ਵਿੱਚ ਦੇ ਵਿੱਚ ਨਾ ਆਇਆ ਸੀਗਾ ਹਾਂਜੀ ਤੁਸੀਂ ਪੁਲਿਸ ਨੇ ਗ੍ਰਿਫਤਾਰ ਕੀਤਾ ਕਿ ਤੁਸੀਂ ਉਹਨੂੰ ਆਪ ਪੇਸ਼ ਕੀਤਾ ਸੀ ਅਸੀਂ ਬੇਟੇ ਆਪ ਪੇਸ਼ ਕਰਿਆ ਕਿਉਂ ਸਾਨੂੰ ਜਦੋਂ ਸ਼ਾਮ ਨੂੰ ਫੋਨ ਆਇਆ ਉਹ ਤੋਂ ਮਾੜਾ ਜਿਹਾ ਸੀ ਆਖਿਆ ਵੀ ਭਾਈ ਕੀ ਪਤਾ ਲੱਗਦਾ ਏ ਜੇ ਪ੍ਰੇਮੀਆਂ ਨਾਲ ਇੰਨਾ ਧੱਕਾ ਹੋਈ ਜਾਂਦਾ ਤਾਂ ਆਪਣੇ ਨਾਲ ਵੀ ਹੋ ਸਕਦਾ ਅਸੀਂ ਉਹਨੂੰ ਸਾਈਡ ਤੇ ਕਰਤਾ ਸੀ ਅੱਛਾ ਰਾਤ ਨੂੰ ਇੱਥੇ ਆਈ ਏ ਪੁਲਿਸ ਉਹਨਾਂ ਨੇ ਬਹੁਤ ਇੱਥੇ ਬੈਂਡਰੀਆਂ ਬੂੰਡਰੀਆਂ ਮਾਰੀਆਂ ਸਾਡੇ ਘਰ ਦੇਆਂ ਲਾਈਟਾਂ ਛੱਡਤੀਆਂ ਬਾਅਦ ਮੁਕੰਦਾ ਟੱਪ ਕੇ ਬਾਹਰ ਖੋਲ ਲਿਆ ਤੇ ਢੇੜੇ ਛੇੜੇ ਕੱਢਦੇ ਰਹੇ 4 ਵਜੇ ਤੇ ਕਰ ਇਥੇ ਫਿਰਦੇ ਰਹੇ ਮੁੜ ਕੇ ਉਹਨਾਂ ਨੇ ਗੱਡੀ ਤੇ ਟਰੈਕਟਰ ਲੈ ਕੇ ਕੱਢ ਕੇ ਸਾਡਾ